ਲੈ ਕੇ ਅਸੀਂ ਫਿਰ ਸਰਵੇ ਕਰਾਉਨੇ ਆ ਸਰਵੇ ਜਿਹੜਾ ਕੈਂਡੀਡੇਟ ਜਿੱਦਾ ਹੋਵੇ ਚਾਹੇ ਨਵਾਂ ਹੋਵੇ ਚਾਹੇ ਪੁਰਾਣਾ ਹੋਵੇ ਅਸੀਂ ਉਹਨੂੰ ਲੈ ਲੈਂਦੇ ਹਾਂ ਪ੍ਰਾਏ ਜੀ ਗਗਨਦੀਪ ਸਿੰਘ ਬਾਜਵਾ ਜੀ ਇੰਦਰਜੀਤ ਸਿੰਘ ਭਗਤ ਜੀ ਜਿਹੜੇ ਬੀਜੇਪੀ ਮੰਡਲ ਦੇ ਸੈਕਟਰੀ ਵੀ ਰਹੇ ਆ ਮੌਜੂਦਾ ਸੈਕਟਰੀ ਹੈ ਅੱਜ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਆ ਸਾਰੀਆਂ ਪਾਰਟੀਆਂ ਤੋਂ ਹੀ ਅਕਰੋਸ ਬੋਰਡ ਕਾਂਗਰਸ ਚੋਂ ਬੀਜੇਪੀ ਚੋਂ ਅਕਾਲੀ ਦਲ ਚੋਂ ਸਾਡੇ 'ਚ ਬਹੁਤ ਸਾਰੇ ਕਾਰਿਆਕਰਤਾ ਪੋਜੀਸ਼ਨ ਹੋਲਡਰ ਆਫਿਸ ਹੋਲਡਰ ਸਭ ਜੁਆਇਨ ਕੀਤੇ ਨੇ ਜਿਨ੍ਹਾਂ ਨੇ ਦੂਸਰੀ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਕਾਂਗਰਸ ਅਕਾਲੀ ਦਲ ਔਰ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਦਾਮਨ ਥਾਮਿਆ ਨੇਤਾ ਨੇ ਇਹਨਾਂ ਦਾ ਵੀ ਹਾਰਦਿਕ ਸਵਾਗਤ ਹੈ ਗੀਤਾ ਮੰਦਿਰ ਦੇ ਪ੍ਰਧਾਨ ਰਜੇਸ਼ ਸ਼ੱਕਰਵਾਲ ਜੀ ਸਾਡੇ ਜੈਂਟਲਮੈਨ ਹਿੰਦੂ ਨੇਤਾ ਇਹਨਾਂ ਦਾ ਵੀ ਆਮ ਆਦਮੀ ਪਾਰਟੀ 'ਚ ਹਾਰਦਿਕ ਸਵਾਗਤ ਹੈ ਜੀ ਨਮਿੰਦਰ ਕੇਸਰ ਜੀ ਸੈਕਟਰੀ ਪੀਪੀਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਹਨਾਂ ਦੇ ਕੁੜਮ ਆਪਣੇ ਲੁਧਿਆਣੇ ਤੋਂ MLA ਵੀ ਦਿੱਤੀ ਬੱਗਾ ਸਾਹਿਬ ਜਤਿਨ ਜੀ ਜਤਿੰਦਰ ਕੁਮਾਰ ਸੋਨੂੰ ਜੀ ਵਾਰਡ ਨੰਬਰ 17 ਤੋਂ ਸੋਨੂੰ ਟੈਂਕਰ ਦੇ ਨਾਂ ਤੇ ਜਾਣੇ ਜਾਣ ਔਰ ਜਿਨ੍ਹਾਂ ਨੇ ਪੂਰਾ ਜੀਵਨ ਆਪਣਾ ਕਾਂਗਰਸ ਦੇ ਵਿੱਚ ਬਿਤਾਇਆ ਔਰ ਅੱਜ ਆਮ ਆਦਮੀ ਪਾਰਟੀ ਦੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਭੈਣ ਰਾਜਿੰਦਰ ਕੌਰ ਦੇ ਆਸ਼ੀਰਵਾਦ ਹੇਠਾਂ ਅੱਜ ਸ਼ਾਮਿਲ ਹੋਣ ਜਾ ਰਹੇ ਕਾਕੂ ਆਲੂ ਵਾਲੂਏ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਹੋਵੇ ਇਸ ਪਰਿਵਾਰ ਦਾ ਅੱਜ ਸਾਰੀਆਂ ਪਾਰਟੀਆਂ ਚੋਂ ਹੀ ਅਕਰੋਸ ਬੋਰਡ ਕਾਂਗਰਸ ਚੋਂ ਬੀਜੇਪੀ ਚੋਂ ਅਕਾਲੀ ਦਲ ਚੋਂ ਸਾਡੇ 'ਚ ਬਹੁਤ ਸਾਰੇ ਕਾਰਿਆਕਰਤਾ ਪੋਜੀਸ਼ਨ ਹੋਲਡਰ ਆਫਿਸ ਹੋਲਡਰ ਸਾਨੂੰ ਜੁਆਇਨ ਕੀਤੇ ਨੇ ਜਿਨ੍ਹਾਂ 'ਚ ਕਾਉਂਸਲਰ ਮੌਜੂਦਾ ਕਾਉਂਸਲਰ ਵੀ ਨੇ ਐਕਸ ਕਾਉਂਸਲਰ ਵੀ ਨੇ ਕੁਛ ਲੋਕ ਜਿਨ੍ਹਾਂ ਕਾਉਂਸਲਰ ਦੀ ਇਲੈਕਸ਼ਨ ਲੜੀ ਹੋਈ ਹੈ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਤੱਕ ਇੱਕ ਸਾਡੇ ਇਸ ਵੇਲੇ ਜਿਹੜੇ ਸਿਟਿੰਗ ਹੈਗੇ ਨੇ ਸਰਪੰਚ ਹੈਗੇ ਨੇ ਉਹ ਵੀ ਸੋ ਬਹੁਤ ਸਾਰੇ ਲੋਕ ਅੱਜ ਜੁਆਇਨ ਕੀਤੇ ਨੇ ਔਰ ਇਹੀ ਦਰਸਾਉਂਦਾ ਕਿ ਜਿਹੜੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਚੱਲ ਰਹੀ ਹੈ ਇਹ ਭਗਵੰਤ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਜਿਹੜੀ ਇਮਾਨਦਾਰੀ ਹੈ ਉਹਨੂੰ ਵੇਖ ਕੇ ਲੋਕ ਸਾਡੇ ਵੱਲ ਆਕਰਸ਼ਿਤ ਹੁੰਦੇ ਨੇ ਔਰ ਉਹ ਆਕਰਸ਼ਣ ਦੇ ਸਦਕਾ ਉਹਨਾਂ ਨੂੰ ਪਤਾ ਕਿ ਅਸੀਂ ਹੁਣ ਕੰਮ ਕਰਨ ਜਾ ਰਹੇ ਹਾਂ ਅਸੀਂ ਕੰਮ ਕਰ ਰਹੇ ਹਾਂ ਔਰ ਜਿਹੜੇ ਸਾਡੇ 4.25 ਸਾਲ ਬਾਕੀ ਬਚੇ ਅਸੀਂ ਬਹੁਤ ਸਾਰਾ ਕੰਮ ਕਰ ਲੈਣਾ ਹੈ ਔਰ ਜਿਹੜੇ ਸਾਡੇ ਲੋਕਲ MLA ਸਾਹਿਬਾਨ ਨੇ ਆਪਣੇ ਰਮਨ ਅਰੋੜਾ ਜੀ ਔਰ ਅੰਗਰਾਲ ਸ਼ੀਤਲ ਅੰਗਰਾਲ ਜੀ ਇਹ ਵੀ ਬਹੁਤ ਕੰਮ ਕਰ ਰਹੇ ਨੇ ਸਾਡੇ ਕਾਰਿਆਕਰਤਾ ਬਹੁਤ ਕੰਮ ਕਰ ਰਹੇ ਨੇ ਸਾਡੇ ਜਿਹੜੇ ਲੜੇ ਸੀਗੇ ਇਲੈਕਸ਼ਨ ਲੇਕਿਨ ਜਿੱਤ ਨਹੀਂ ਸਕੇ ਉਹ ਸਭ ਜਿੰਨੇ ਵੀ ਸਾਡੇ ਇੰਚਾਰਜਿਸ ਨੇ ਉਹ ਬਹੁਤ ਮਿਹਨਤ ਕਰਨ ਡਏ ਆ ਔਰ ਮੈਨੂੰ ਪੂਰੀ ਆਸ ਹੈ ਕਿ ਜਦੋਂ ਅਸੀਂ ਕਾਉਂਸਲ ਦੀ ਇਲੈਕਸ਼ਨ ਜਾਵਾਂਗੇ ਅਸੀਂ ਕਾਫੀ ਕੋਈ ਸ਼ਹਿਰ ਦਾ ਸੁਧਾਰ ਚੁੱਕੇ ਹੋਵਾਂਗੇ ਔਰ ਕਾਉਂਸਲ ਦੀ ਇਲੈਕਸ਼ਨ ਜਿਹੜੀ ਅਸੀਂ ਪੂਰੇ ਆਰਾਮ ਨਾਲ ਜਿੱਤਾਂਗੇ ਸਾਡੀ ਕੋਈ ਇਸ ਤਰ੍ਹਾਂ ਕਿਸੇ ਨੂੰ ਕਮਿਟ ਕਰਕੇ ਨਹੀਂ ਜੁਆਇਨ ਕਰਾਇਆ ਅਸੀਂ ਕਿਉਂਕਿ ਸਾਡੇ ਪਾਰਟੀ 'ਚ ਬੜਾ ਸਿੱਧਾ ਕੰਮ ਹੈ ਕਿ ਜਿਹੜੇ ਵੀ ਜਿੰਨੇ ਵੀ ਚਾਹਵਾਨ ਹੋਣ ਚਾਹੇ 10 ਬੰਦੇ ਇਲੈਕਸ਼ਨ ਲੜਨਾ ਚਾਹੁੰਦੇ ਹੋਣ ਸਭ ਦੇ ਨਾਂ ਲੈ ਕੇ ਅਸੀਂ ਫਿਰ ਸਰਵੇ ਕਰਾਉਂਦੇ ਹਾਂ ਸੋ ਸਰਵੇ ਜਿਹੜਾ ਕੈਂਡੀਡੇਟ ਜਿੱਦਾਂ ਹੋਵੇ ਚਾਹੇ ਨਵਾਂ ਹੋਵੇ ਚਾਹੇ ਪੁਰਾਣਾ ਹੋਵੇ ਅਸੀਂ ਉਹਨੂੰ ਲੈ ਲੈਂਦੇ ਅੱਜ ਸਾਰੇ ਹੀ ਭੈਣਾਂ ਤੇ ਭਰਾਵਾਂ ਦਾ ਹਾਰਦਿਕ ਸਵਾਗਤ ਕਰਦਾ ਜਿਨ੍ਹਾਂ ਨੇ ਦੂਸਰੀ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਕਾਂਗਰਸ ਅਕਾਲੀ ਦਲ ਔਰ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਦਾਮਨ ਥਾਮਿਆ ਮੈਂ ਇਹਨਾਂ ਸਾਰੇ ਪਰਿਵਾਰਾਂ ਨੂੰ ਸਾਰੇ ਲੋਕਾਂ ਨੂੰ ਬਹੁਤ ਵਧਾਈ ਦਿੰਦਾ ਔਰ ਅੱਜ ਸਾਡੇ ਵਿੱਚ ਸਾਡੇ ਸਰਦਾਰ ਨਰਬੀਰ ਨਿੱਜੇ ਸਾਹਿਬ ਆਏ ਨੇ ਮੰਤਰੀ ਸਾਹਿਬ ਇਹਨਾਂ ਦਾ ਔਰ ਭੈਣ ਰਾਜਵਿੰਦਰ ਕੌਰ ਦਾ ਸ਼ੀਤਲ ਅੰਗਰਾਲ ਜੀ ਦਾ ਔਰ ਪੂਰੀ ਸਮੁੱਚੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਜੀ ਤਕਰੀਬਨ 8-10 ਹਜ਼ਾਰ ਲੋਕ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਇਆ ਏਡੀ ਵੱਡੀ ਜੁਆਇਨਿੰਗ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜੁਆਇਨਿੰਗ ਹੋਏਗੀ ਜਦੋਂ ਦੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜਲੰਧਰ ਦੇ ਅੱਛੇ ਕੰਮਾਂ ਨੂੰ ਦੇਖ ਕੇ ਪੰਜਾਬ ਦੇ ਅੱਛੇ ਕੰਮਾਂ ਨੂੰ ਦੇਖ ਕੇ ਇਹ ਲੋਕ ਸਾਰੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਇਆ ਇਹਨਾਂ 8-10 ਹਜ਼ਾਰ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਹੈ ਉਹ ਵੀ ਦੇਖੋ ਉਹ ਵੀ ਜਲਦੀ ਆਉਣਗੇ ਉਹਨਾਂ ਥੋੜ੍ਹੇ ਜਿਹੇ ਤਬੀਅਤ ਉਹਨਾਂ ਦੀ ਠੀਕ ਨਹੀਂ ਹੈ ਇਸ ਕਰਕੇ ਉਹ ਨਹੀਂ ਆਏ ਹਲੇ ਬਾਕੀ ਜਦੋਂ ਸਹੀ ਵੇਲਾ ਹੋਊਗਾ ਉਹ ਵੀ ਆਮ ਆਦਮੀ ਪਾਰਟੀ ਸ਼ਾਮਿਲ ਹੋਣਾ ਜੁਆਇਨ ਕੀਤਾ ਹੈਗਾ ਆਮ ਆਦਮੀ ਪਾਰਟੀ ਨੂੰ
मेरा पर्सनल कारण ने कांग्रेस दे विच साडी फैमिली तीन पीढ़ियां तो सी उहदे विच असीं रहे हां, सेवा कीती है। हुण मेरे कुछ पर्सनल कारण ने, मेरे MLA शीतल नंगराल जी ने बहुत शुरू तो प्यार है। दूसरी गल, मैनू इन्हां दे काम करन दा ढंग बहुत अट्रैक्ट करदा। यूथ नूं असीं शुरू तो यूथ नूं रिप्रजेंट करदे आए ने, MLA युवा ने साडे, और इन्हां दी जिहड़ियां नीतियां देखो, आम परिवार नूं बहुत सहूलत मिली आ, जिवें इन्हां ने बिल माफ़ कीते आ। हुण साडियां फैमिलीज़ असीं आम आ, साडे घर दा बिजली दा बिल जीरो आवे तो क्यों, ये किड्डी वड्डी राहत है। सो इन्हां गल्लां नाल मैनू अट्रैक्ट होया, मैं परसनली मैनू चंगा लगा, तो मैं उन्होंने ज्वाइन किया। नहीं, उन्होंने आपकी पॉलिटिक्स उन्होंने सारी उम्र आपके हिसाब न की है, ये मेरा परसनल आ। नहीं, वो उन्होंने पता होगा, मैं नहीं वो कोई कमेंट कर सकता, ये मेरी परसनल राय, परसनल मेरी यह विश है, परसनल मेरा स्टैप है।